ਦਿਨ ਦਿਹਾੜੇ ਲੁਟੇਰਿਆਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਪਿਸਤੌਲ ਦੀ ਨੋਕ ਦੇ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸ ਦਈਏ ਕਿ ਇੱਕ ਡਾਇਮੰਡ ਦਾ ਕੜਾ ਅਤੇ 2 ਡਾਇਮੰਡ ਦੀਆਂ ਰਿੰਗਾਂ ਦੇ ਨਾਲ ਨਾਲ ਕੁਝ ਨਕਦੀ ਤੇ ਹੱਥ ਸਾਫ਼ ਕੀਤਾ। ਦਰਅਸਲ ਜਿਸ ਘਰ ਦੇ ਵਿੱਚ ਚੋਰੀ ਹੋਈ ਉਸ ਵਿਅਕਤੀ ਦਾ ਕਹਿਣਾ ਹੈ ਕਿ ਕੁਝ ਬੰਦੇ ਉਸਦੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਉਸ ਨੂੰ ਮਕਾਨ ਦੇ ਬਾਰੇ ਪੁੱਛਿਆ ਜਾਂਦਾ ਕਿ ਉਹ ਆਪਣਾ ਮਕਾਨ ਵੇਚਣਾ ਚਾਹੁੰਦੇ ਨੇ, ਪਰ ਜਦੋਂ ਉਹ ਕਹਿੰਦਾ ਕਿ ਉਹ ਨਾਲ ਵਾਲਾ ਵੇਚਣਾ ਚਾਹੁੰਦੇ ਨੇ ਤਾਂ ਪਰ ਉਸਦੇ ਜਿਹੜੇ ਘਰ ਦੇ ਵਿੱਚ ਬੰਦੇ ਦਾਖਲ ਹੁੰਦੇ ਨੇ ਲੁਟੇਰੇ, ਉਹਨਾਂ ਦੇ ਵੱਲੋਂ ਉਸਦਾ ਹੀ ਘਰ ਦੇਖਣਾ ਸ਼ੁਰੂ ਕਰ ਦਿੰਦੇ ਨੇ ਤੇ ਜਦੋਂ ਇੱਕ ਕਮਰੇ ਦੇ ਵਿੱਚ ਜਾਂਦੇ ਨੇ ਤਾਂ ਉਹ ਬਜ਼ੁਰਗ ਵਿਅਕਤੀ ਵੀ ਨਾਲ ਜਾਂਦਾ ਤਾਂ ਉਸਨੂੰ ਪਿਸਤੌਲ ਦੀ ਨੋਕ ਦੇ ਉੱਤੇ ਬੰਦੀ ਬਣਾ ਲਿਆ ਜਾਂਦਾ ਤੇ ਫਿਰ ਉਸਦੇ ਕਮਰੇ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਦੱਸ ਦਈਏ ਕਿ ਲੁਟੇਰੇ ਜੋ ਸੀ ਉਹ ਇੱਕ ਲਗਜ਼ਰੀ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਸੀ। ਘਰ ਦੇ ਵਿੱਚ 2 ਲੁਟੇਰੇ ਦਾਖਲ ਹੁੰਦੇ ਨੇ ਤੇ ਇਸੇ ਦੌਰਾਨ ਇੱਕ ਲੁਟੇਰਾ ਗੱਡੀ ਦੇ ਵਿੱਚ ਹੀ ਬੈਠਾ ਰਹਿੰਦਾ ਹੈ। ਹਾਲਾਂਕਿ ਘਟਨਾ CCTV 'ਚ ਵੀ ਕੈਦ ਹੋਈ ਹੈ। ਜਦੋਂ ਇਹ ਬਾਹਰ ਫਰਾਰ ਹੋਏ ਨੇ ਤਾਂ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੱਡੀ ਕਿੰਨੀ ਫੁਰਤੀ ਦੇ ਨਾਲ ਮੋੜੀ ਗਈ ਹੈ। ਪਹਿਲਾਂ ਇੱਕ ਸ਼ਖਸ ਦੇ ਵੱਲੋਂ ਗੱਡੀ ਮੋੜ ਕੇ ਖੜੀ ਕਰ ਲਈ ਜਾਂਦੀ ਹੈ ਤੇ ਫਿਰ ਪਿੱਛੋਂ ਇੱਕ ਵਿਅਕਤੀ ਜੋ ਹੈ ਉਹ ਭੱਜ ਕੇ ਆਉਂਦਾ ਹੈ ਅਤੇ ਉਸ ਕਾਰ ਦੇ ਵਿੱਚ ਬੈਠ ਜਾਂਦਾ ਹੈ। ਤਾਂ ਦੱਸ ਦਈਏ ਕਿ ਖਬਰ ਰੋਪੜ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦਿਨ ਦਿਹਾੜੇ ਇੱਕ ਸਾਬਕਾ ਇੰਜੀਨੀਅਰ ਦੇ ਘਰੇ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਰ ਦੇ ਵਿੱਚ ਬਹਾਨਾ ਬਣਾ ਕੇ ਦਾਖਲ ਹੋਏ ਵਿਅਕਤੀਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਦੇ ਵਿੱਚ ਇੱਕ ਡਾਇਮੰਡ ਦਾ ਕੜਾ ਅਤੇ 2 ਡਾਇਮੰਡ ਦੀਆਂ ਰਿੰਗਾਂ ਲੈ ਕੇ ਫਰਾਰ ਹੋ ਗਏ ਨੇ। ਇੱਥੇ ਤੁਹਾਡੇ ਨਾਲ ਕੌਣ ਬੰਦੇ ਸੀ ਜਿਹੜੇ ਲੁੱਟ ਖੋਹ ਕਰਕੇ ਕਿਵੇਂ ਕਰ ਗਏ? ਮੈਨੂੰ ਤਾਂ 2 ਬੰਦੇ ਆਏ ਸੀਗੇ, ਇੱਕ ਲੰਬਾ 6 ਫੁੱਟ ਕੱਦ ਸੀ, ਇੱਕ ਦੂਜਾ ਬੰਦੇ ਹੈਡ ਕੱਟ ਸੀਗੇ, 5-7 ਬੰਦੇ ਕਰੀਬ ਸੀਗੇ ਅਤੇ ਬੈਗ ਪਾਇਆ ਹੋਇਆ ਸੀ, ਉਹਨਾਂ ਨੇ ਬੈਲ ਮਾਰੀ ਹੈ, ਮੈਂ ਆਪਣੀ ਦਰਵਾਜ਼ਾ ਖੋਲ੍ਹਿਆ ਅਤੇ ਕਹਿੰਦੇ ਮੈਨੂੰ ਮਾਂ ਤਸਵੀਰ ਨੇ ਭੇਜਿਆ ਬੱਸ ਸਟੈਂਡ ਤੋਂ ਵੀ ਤੁਸੀਂ ਕੋਈ ਮਕਾਨ ਵੇਚਣਾ ਇੱਦਾਂ ਕਰਨਾ। ਮੈਂ ਕਿਹਾ ਸਾਡੇ ਭਤੀਜਾ ਮਕਾਨ ਉਹ ਵੇਚਣਾ, ਮੈਂ ਕਿਹਾ ਨਾਲ ਇੱਧਰ ਸਾਡਾ ਹੈਗਾ। ਫਿਰ ਆ ਕੇ ਇੱਧਰ ਮਕਾਨ ਦੇਖਣ ਲੱਗ ਗਏ, ਦੇਖ ਕੇ ਆ ਕੇ ਬੈਠ ਗਏ, ਫਿਰ ਪਾਣੀ ਪੀਤਾ, ਉਹਨੇ ਕਹਿੰਦਾ ਪਾਣੀ ਪਿਲਾ, ਸਾਨੂੰ ਪਾਣੀ ਪਿਲਾਇਆ ਮੈਂ ਦੋਨਾਂ ਨੂੰ। ਉਦੋਂ ਫਿਰ ਕਹਿੰਦਾ ਪਿੱਛੇ ਕਮਰਾ ਦੇਖ ਲਈ ਦੌਰਾ, ਪਿੱਛੇ ਦੇਖਣ 'ਚ ਲੈ ਕੇ ਬਸ ਉੱਥੇ ਮੈਨੂੰ ਉਹਨਾਂ ਨੇ ਰਿਵਾਲਵਰ ਦੀ ਨੋਕ 'ਤੇ ਉੱਥੇ ਬਿਠਾ ਲਿਆ, ਮੇਰੇ ਪੈਰ ਬੰਨ੍ਹਦੇ ਮੇਰੇ ਪਟਕੇ ਨਾਲ, ਅਤੇ ਰੱਸੀ ਕੱਢ ਲਈ, ਰੱਸੀ ਨਾਲ ਬੰਨ੍ਹਣ ਲੱਗੇ ਅਤੇ ਫਿਰ ਕਹਿੰਦੇ 2 ਵੀ ਸ਼ਾਇਦ ਕੱਢ ਦੇ। ਮੇਰਾ ਡਾਇਮੰਡ ਦਾ ਕੜਾ ਸੀਗਾ, 2 ਡਾਇਮੰਡ ਰਿੰਗ ਸੀਗੀਆਂ, ਕੜੀ ਸੀਗੀ ਇੱਕ, ਅਤੇ ਕੈਸ਼ 10,000 ਕੈਸ਼ ਪਿਆ ਸੀਗਾ, ਬਾਕੀ ਕੈਸ਼ ਮੈਂ ਹੋਰ ਪਾਸੇ ਰੱਖਿਆ ਸੀਗਾ। ਕਹਿੰਦੇ ਕੱਢ ਲਈ ਤਾਂ ਗੋਲੀ ਮਾਰ ਦਿੰਦੇ, ਉਹ ਕਹਿੰਦੇ ਮਾਰਦੇ ਗੋਲੀ ਗੋਲੀ ਲੱਗੇ, ਅਤੇ ਮੈਂ ਇੱਦਾਂ ਕਰਕੇ ਉਹ ਲੁੱਟ ਕੇ ਮੈਨੂੰ ਬੰਦ ਕੇ ਅੰਦਰ ਦਰਵਾਜ਼ੇ ਬੰਦ ਕਰਕੇ ਚਲੇ। ਕਿੰਨਾ ਕੁ ਟਾਈਮ ਸੀਗਾ ਜਦੋਂ ਹੋਈ ਘਟਨਾ? 55 ਮਿੰਟ ਸੀਗਾ। ਕੋਈ ਚੈੱਕ ਵੀ ਲੈ ਕੇ ਗਏ? ਕੀ ਲੈ ਕੇ ਗਏ? ਇਹ ਖਾਲੀ ਚੈੱਕ ਲੈ ਗਏ ਸੈਂਟ ਕਰ। ਅੱਛਾ, ਕੋਈ ਲੇਡੀ ਸੀ ਨਾਲ ਇਹਨਾਂ ਦੇ ਕਿ ਬੰਦੇ ਸੀ? ਇੱਥੇ 2 ਬੰਦੇ ਸੀ। 2 ਬੰਦੇ ਸੀ? ਹਾਂ, ਕਹਿੰਦੇ ਸੀ ਕੋਈ ਲੇਡੀ ਆ, ਉਹਨੇ ਮਕਾਨ ਦੇਣਾ, ਉਹਨੇ ਰੈਸਟੋਰੈਂਟ ਪਕਾਉਣ ਵਾਸਤੇ ਦੇਣਾ। ਆਪਣਾ ਸ਼ੁਭ ਨਾਮ ਕੀ? ਸੁਖਵਿੰਦਰ ਸਿੰਘ। ਕਿਹੜਾ ਮੁੱਲਾ? ਕਿਹੜਾ ਮੁੱਲਾ ਪੈਂਦਾ ਜੀ? ਪ੍ਰੀਤ ਕਲੋਨੀ ਗਲੀ ਨੰਬਰ 5। ਕਲੋਨੀ 'ਚ ਕੀ ਵਾਰਦਾਤ ਹੋਈ? ਇਸ ਤਰ੍ਹਾਂ ਹੈ ਕਿ ਪ੍ਰੀਤ ਕਲੋਨੀ 'ਚ ਸੁਖਵਿੰਦਰ ਸਿੰਘ ਵੱਲੋਂ ਸਾਨੂੰ ਟੈਲੀਫੋਨ ਕਾਲ ਕੀਤੀ ਗਈ ਸੀ ਅਤੇ ਮੈਂ ਮੌਕੇ 'ਤੇ ਅਸੀਂ ਪਹੁੰਚ ਗਏ। ਅਸੀਂ ਜਿਹੜੀ ਇਹਦੇ 'ਚ ਜਿਹੜੀ ਮੁੱਢਲੀ ਪੁੱਛ ਗਿੱਛ ਤੋਂ ਉਹਨਾਂ ਨੇ ਦੱਸਿਆ ਕਿ ਕਰੀਬ 12 ਵਜੇ 2 ਬੰਦੇ ਉਹਦੇ ਘਰ 'ਚ ਐਂਟਰ ਹੋਏ ਸੀ, ਜਿਹੜੇ ਉਹਨੂੰ ਇਹ ਕਹਿ ਕੇ ਅੰਦਰ ਆਏ ਸੀ ਕਿ ਅਸੀਂ ਤੁਹਾਡਾ ਘਰ ਖਰੀਦਣਾ। ਸੋ ਉਹ 2 ਬੰਦਿਆਂ ਨੇ ਇਹਨੂੰ ਡਰਾ ਤੋਂ ਭਾ ਕੇ ਇਹ ਜਿਹੜੇ ਕੁਛ ਔਰਨਾਮੈਂਟਸ ਅਤੇ 10,000 ਰੁਪਇਆ ਕੈਸ਼ ਮਿਲ ਗਏ, ਬਾਕੀ ਅਸੀਂ ਜਾਂਚ ਕਰ।